ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਰੂਸ ਅਤੇ ਯੂਕਰੇਨ ਦੀ ਜੰਗ ਦਰਮਿਆਨ ਇੱਕ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਰੂਸ ਅਤੇ ਯੂਕਰੇਨ ਹੁਣ ਗੱਲਬਾਤ ਦੇ ਲਈ ਸਹਿਮਤ ਹੋ ਗਏ ਨੇ ਤੇ ਬਿਲਾਰੂਸ ਅਤੇ ਯੂਕਰੇਨ ਦੇ ਬਾਰਡਰ ਤੇ ਇਹ ਗੱਲਬਾਤ ਹੋਣੀ ਦੱਸੀ ਜਾ ਰਹੀ ਹੈ ਭਾਰਤੀ ਸਮੇਂ ਦੇ ਵਿੱਚ 3 ਵਜੇ ਦੇ ਮੁਤਾਬਕ ਇਹ ਗੱਲਬਾਤ ਹੋਣੀ ਸੀ ਤੇ ਇਸ ਗੱਲਬਾਤ ਦੇ ਵਿੱਚ ਦੋਵੇਂ ਮੁਲਕਾਂ ਦੇ ਅਧਿਕਾਰੀਆਂ ਨੇ ਕੀ ਗੱਲਬਾਤ ਕੀਤੀ ਹੈ ਤੇ ਗੱਲਬਾਤ ਤੋਂ ਬਾਅਦ ਸਿੱਟਾ ਕੀ ਨਿਕਲਿਆ ਹੈ ਇਹ ਦੋਵੇਂ ਦੇਸ਼ਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਬਿਆਨਾਂ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਲੇਕਿਨ ਉੱਥੋਂ ਦੇ ਤਾਜ਼ਾ ਹਾਲਾਤ ਕੀ ਨੇ ਤੇ ਯੂਕਰੇਨ ਨੇ ਰੂਸ ਅੱਗੇ ਕੀ ਸ਼ਰਤ ਰੱਖੀ ਹੈ ਜਾਣਦੇ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ ਲੜਾਈ ਦਰਮਿਆਨ ਰੂਸ ਅਤੇ ਯੂਕਰੇਨ ਦੀ ਗੱਲਬਾਤ ਸ਼ੁਰੂ ਬਿਲਾਰੂਸ ਵਿੱਚ ਹੋ ਰਹੀ ਦੋਵਾਂ ਮੁਲਕਾਂ ਦੀ ਗੱਲਬਾਤ ਰੂਸ ਦੇ ਸੈਨਿਕ ਲਗਾਤਾਰ ਕਰ ਰਹੇ ਯੂਕਰੇਨ ਦੇ ਸ਼ਹਿਰਾਂ ਤੇ ਕਬਜ਼ੇ ਰੂਸ ਅਤੇ ਯੂਕਰੇਨ ਦੀ ਲੜਾਈ ਦਰਮਿਆਨ ਇੱਕ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਦੋਵੇਂ ਮੁਲਕ ਹੁਣ ਗੱਲਬਾਤ ਲਈ ਰਾਜ਼ੀ ਹੋ ਗਏ ਨੇ ਜਦੋਂ ਤੋਂ ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ ਹੈ ਤਾਂ ਉਸ ਵੇਲੇ ਤੋਂ ਹੀ ਪੂਰੀ ਦੁਨੀਆ ਇਹ ਆਖ ਰਹੀ ਸੀ ਕਿ ਦੋਵੇਂ ਮੁਲਕਾਂ ਨੂੰ ਗੱਲਬਾਤ ਦੇ ਰਾਹੀਂ ਇਹ ਮਸਲਾ ਸੁਲਝਾ ਲੈਣਾ ਚਾਹੀਦਾ ਹੈ ਅਤੇ ਲੜਾਈ ਨਹੀਂ ਕਰਨੀ ਚਾਹੀਦੀ ਇਸ ਦਰਮਿਆਨ ਹੀ ਰੂਸ ਦੇ ਰਾਸ਼ਟਰਪਤੀ ਭਵਨ ਕ੍ਰੈਮਲਿਨ ਵੱਲੋਂ ਬਿਆਨ ਜਾਰੀ ਕੀਤਾ ਗਿਆ ਸੀ ਕਿ ਬਿਲਾਰੂਸ ਦੇ ਵਿੱਚ ਇਹ ਗੱਲਬਾਤ ਹੋ ਸਕਦੀ ਹੈ ਤੇ ਬਿਲਾਰੂਸ ਦੇ ਸ਼ਹਿਰ ਗੋਮੇਲ ਦੇ ਵਿੱਚ ਰੂਸ ਨੇ ਇਹ ਗੱਲਬਾਤ ਯੂਕਰੇਨੀ ਅਧਿਕਾਰੀਆਂ ਨਾਲ ਕਰਨੀ ਸੀ ਪਰ ਯੂਕਰੇਨ ਨੇ ਇਹ ਸੱਦਾ ਠੁਕਰਾ ਦਿੱਤਾ ਸੀ ਤੇ ਕਿਹਾ ਸੀ ਕਿ ਉਹ ਬਿਲਾਰੂਸ ਨੂੰ ਛੱਡ ਕੇ ਕਿਤੇ ਵੀ ਹੋਰ ਗੱਲਬਾਤ ਕਰਨ ਲਈ ਤਿਆਰ ਹੈ ਪਰ ਆਖਿਰਕਾਰ ਹੁਣ ਦੋਵਾਂ ਮੁਲਕਾਂ ਦੀ ਗੱਲਬਾਤ ਹੋਣ ਜਾ ਰਹੀ ਹੈ ਤੇ ਯੂਕਰੇਨੀ ਅਧਿਕਾਰੀ ਬਿਲਾਰੂਸ ਪਹੁੰਚ ਚੁੱਕੇ ਨੇ ਯੂਕਰੇਨ ਨੇ ਰੱਖੀ ਰੂਸ ਅੱਗੇ ਇਹ ਸ਼ਰਤ ਹਾਲਾਂਕਿ ਦੋਵਾਂ ਮੁਲਕਾਂ ਦੀ ਗੱਲਬਾਤ ਹੋਣ ਜਾ ਰਹੀ ਹੈ ਪਰ ਗੱਲਬਾਤ ਤੋਂ ਪਹਿਲਾਂ ਇਹ ਵੀ ਨਿਕਲ ਕੇ ਸਾਹਮਣੇ ਆਇਆ ਹੈ ਕਿ ਯੂਕਰੇਨ ਨੇ ਰੂਸ ਅੱਗੇ ਇੱਕ ਅਹਿਮ ਮੰਗ ਰੱਖੀ ਹੈ ਕਿ ਰੂਸ ਯੂਕਰੇਨ ਤੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣ ਦਾ ਵੀ ਐਲਾਨ ਕਰੇ ਦੱਸਿਆ ਜਾ ਰਿਹਾ ਹੈ ਕਿ ਰੂਸ ਦੇ ਸੈਨਿਕਾਂ ਨੇ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਤੇ ਉਹ ਲਗਾਤਾਰ ਅੱਗੇ ਵੱਧ ਰਹੇ ਨੇ ਇਸ ਲਈ ਦੋਵਾਂ ਮੁਲਕਾਂ ਦੀ ਗੱਲਬਾਤ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਇਹ ਔਖੀ ਘੜੀ ਖਤਮ ਹੋ ਜਾਵੇ ਤੇ ਇਹ ਲੜਾਈ ਖਤਮ ਹੋ ਜਾਵੇ ਨਾਟੋ ਮੁਲਕ ਯੂਕਰੇਨ ਦੀ ਮਦਦ ਲਈ ਆਏ ਅੱਗੇ ਜਦੋਂ ਤੋਂ ਇਹ ਲੜਾਈ ਲੱਗੀ ਹੈ ਉਸ ਵੇਲੇ ਤੋਂ ਹੀ ਇਹ ਕਿਆ ਸਰਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਨਾਟੋ ਮੁਲਕ ਇਸ ਲੜਾਈ ਦੇ ਵਿੱਚ ਕੋਈ ਅਹਿਮ ਫੈਸਲਾ ਲੈ ਸਕਦੇ ਨੇ ਤੇ ਰੂਸ ਖਿਲਾਫ ਕਾਰਵਾਈ ਹੋ ਸਕਦੀ ਹੈ ਪਰ ਨਾਟੋ ਮੁਲਕਾਂ ਨੇ ਹੁਣ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਦੀ ਮਦਦ ਕਰਨਗੇ ਤੇ ਨਾਟੋ ਦੇ ਮੈਂਬਰ ਮੁਲਕਾਂ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਨੂੰ ਹਵਾਈ ਰੱਖਿਆ ਕਰਨ ਵਾਲੀਆਂ ਮਿਜ਼ਾਈਲਾਂ ਟੈਂਕ ਰੋਧੀ ਹਥਿਆਰਾਂ ਤੋਂ ਬਿਨਾਂ ਹੋਰ ਫੌਜੀ ਸਹਾਇਤਾ ਵੀ ਦੇਣਗੇ ਆਖਿਰ ਇਸ ਲੜਾਈ ਦਾ ਅੰਤ ਗੱਲਬਾਤ ਅਤੇ ਆਪਸੀ ਸਹਿਮਤੀ ਨਾਲ ਹੋਵੇਗਾ ਅਤੇ ਦੋਵਾਂ ਮੁਲਕਾਂ ਦੇ ਅਧਿਕਾਰੀ ਜੇ ਇਹ ਗੱਲਬਾਤ ਕਰਕੇ ਮੁੱਦਾ ਹੱਲ ਕਰ ਲੈਂਦੇ ਨੇ ਤਾਂ ਦੋਵੇਂ ਮੁਲਕਾਂ ਦੇ ਬਾਸ਼ਿੰਦਿਆਂ ਸਮੇਤ ਕੁੱਲ ਦੁਨੀਆ ਨੂੰ ਇਸ ਲੜਾਈ ਤੋਂ ਰਾਹਤ ਮਿਲਣ ਦੀ ਉਮੀਦ ਹੈ ਕਿਉਂਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ